ਮੁਸਤਫਾ ਮੰਗਦਾ ਸੀ ਨਾ, ਉਹਨਾਂ ਨੇ ਪਾਣੀ ਬੜੇ ਦਿਨਾਂ ਦਾ ਬੰਦ ਕੀਤਾ। 4 ਮੁਹਰਮ ਨੂੰ ਪਾਣੀ ਬੰਦ ਹੋ ਗਿਆ ਸੀ, 7 ਮੁਹਰਮ ਨੂੰ ਜ਼ਖੀਰਾ ਖਤਮ ਹੋਇਆ ਸੀ। ਜਿਹੜਾ ਜ਼ਖੀਰਾ ਕੀਤਾ ਸੀ 7 ਮੁਹਰਮ ਨੂੰ, ਉਹ ਵੀ ਨੌਜਵਾਨ ਮੁੱਖ ਬੀਬੀ ਫਰਮਾਇਆ ਅਲੀ ਅਸਗਰ ਦਾਦੀ ਨੂੰ ਆਖਿਓ, ਮਾਂ ਦਾ ਕਸੂਰ ਨਹੀਂ ਇਹ ਮੁਹੰਮਦ ਦੇ ਕਲਮਾ ਗਾਵਾਂ ਪਾਣੀ ਵੀ ਪੀਣ ਨਹੀਂ ਦਿੰਦਾ। ਖੁਦਾ ਦੀ ਕਸਮ ਮੌਲਾ ਆਉਂਦੇ ਨੇ ਅਸਗਰ ਨੂੰ ਲੈ ਜਾ, ਲੈ ਜਾ ਮੇਰੇ ਮੌਲਾ। ਤੁਹਾਨੂੰ ਪਤਾ ਨਾ ਜਨਾਬੇ ਮੁਖਤਾਰ ਨੂੰ ਜਾਣਦੇ ਹੋ, ਜਨਾਬੇ ਮੁਖਤਾਰ ਦੇ ਦਰਬਾਰ ਦੇ ਵਿੱਚ ਫੁਰਮਲਾ ਲਈ ਨੂੰ ਫੜ ਕੇ ਆਉਂਦਾ। ਉਹਨੇ ਆਖਿਆ 10 ਬਗੈਰ ਦਾ ਕਿਵੇਂ ਉਜਾੜੇ ਗੱਲ ਜ਼ਹਰਾ ਦਾ, ਲਾਨਤ ਕਰੇ 10 ਕਿਵੇਂ ਤੀਰ ਚਲਾਏ। ਉਹਨੇ ਆਖਿਆ ਮੇਰੇ ਕੋਲ ਕਾਫੀ ਤੀਰ ਸਨ, ਰਾਸਤੇ ਵਿੱਚ ਮੈਂ ਸ਼ਿਕਾਰ ਦੇ ਤੀਰ ਸੁੱਟਿਆ ਤੇ ਮੇਰਾ ਤੀਰ ਜ਼ਾਇਆ ਹੋ ਗਿਆ। ਤੇ ਮੈਨੂੰ ਇੱਕ ਲਈ ਨੇ ਆਖਿਆ ਜ਼ਾਇਆ ਨਾ ਕਰ, ਕਰਬਲਾ ਕੰਮ ਮੁਸਾਇਬ ਸਮਝਣ ਦਾ ਨਾਂ ਹੈ। ਕਰਬਲਾ ਚ ਕੰਮ ਆਉਣਗੇ ਕਿੰਨਾ ਤੇ ਕੰਮ ਆਉਣਗੇ ਜਿਹਨਾਂ ਦਾ ਕਲਮਾ ਕੁੜਿਆ ਸੀ, ਕਿੰਨਾ ਤੇ ਕੰਮ ਆਉਣਗਾ। ਮੈਂ 3 ਤੀਰ ਬਚਾ ਕੇ ਕਰਬਲਾ ਆਉਂਦੇ ਨੇ, 2 ਮੈਂ ਤੈਨੂੰ ਦੱਸ ਦਿੰਦਾ, 1 ਮੈਂ ਤੈਨੂੰ ਨਹੀਂ ਦੱਸਣਾ। ਉਹ ਤੈਨੂੰ ਕੋਈ ਬਰਦਾਸ਼ਤ ਨਹੀਂ ਹੋਣਾ। ਉਹ ਬੇਗੈਰਤ ਸਮਝਦਾ ਸੀ ਕਿ ਪਹਿਲੇ 2 ਦੀ ਗੱਲ ਹੀ ਕੋਈ ਨਹੀਂ, ਮੈਂ ਪਹਿਲਾਂ ਪੜ੍ਹਨਾ ਹੈ ਤਾਂ ਮਾਵਾਂ ਭੈਣਾਂ ਤੇ ਮੇਰੇ ਇੱਥੇ ਸਾਰੇ ਜਵਾਨ ਸਾਡਾ ਇੱਥੇ ਜਿਗਰ ਬਾਹਰ ਆ ਜਾਣਾ ਹੈ। ਉਹਨੇ ਆਖਿਆ ਤੂੰ 2 10, ਤੀਸਰਾ ਤੈਨੂੰ ਮੈਂ ਆਪੇ ਪੁੱਛ ਲਾਂਗਾ। ਕਹਿੰਦਾ ਪਹਿਲਾ ਤੀਰ ਮੈਂ ਹੁਸੈਨ ਦੇ ਮੱਥੇ 'ਚ ਮਾਰੇ, ਸਦਕੇ ਜਾਵਾਂ ਸਦਕੇ ਜਾਵਾਂ, ਪਹਿਲਾ ਤੀਰ ਮੈਂ ਹੁਸੈਨ ਦੀ ਪਿਛਾਨੀ 'ਚ ਮਾਰਿਆ ਹੈ। ਮੁਖਤਾਰ ਰੋ ਕੇ ਆਖਣ ਲੱਗਾ ਤੇਰੇ ਤੇ ਲਾਨਤ ਹੋਵੇ ਮੁਹੰਮਦ ਦੀ ਬੇਸਗਾ। ਸਦਕੇ ਜਾਵਾਂ ਸਦਕੇ ਜਾਵਾਂ, ਦੂਜਾ ਤੀਰ ਉਹਨੇ ਆਖਿਆ ਮੈਂ ਅੱਬਾਸ ਦੀ ਮਸ਼ਕ 'ਚ ਮਾਰਿਆ, ਇੱਕ ਰਵਾਇਤ ਮਸ਼ਕ 'ਚ ਮਾਰਿਆ, ਇੱਕ ਰਵਾਇਤ ਅੱਖ 'ਚ ਮਾਰਿਆ। ਬਾਹਰ ਹਾਲ ਦੂਜਾ ਤੀਰ ਮੌਲਾ ਅੱਬਾਸ ਨੂੰ ਲੱਗਾ ਹੈ, ਅੰਦਰ ਤੀਜਾ ਮੈਂ ਨਹੀਂ ਦੱਸਦਾ। ਮੁਖਤਾਰ ਆਖਿਆ ਤੂੰ ਦੱਸ ਦੇ ਮੈਂ ਤੈਨੂੰ ਮਾਰ ਛੱਡਣਾ। ਉਹਨੇ ਆਖਿਆ ਮੈਨੂੰ ਪਤਾ ਤੂੰ ਮੈਨੂੰ ਛੱਡਣਾ ਕੋਈ ਨਹੀਂ, ਮੈਂ ਮਰਨ ਲੱਗਿਆ ਝੂਠ ਨਹੀਂ ਬੋਲਣਾ ਚਾਹੁੰਦਾ। ਤੀਸਰਾ ਤੀਰ ਮੌਲਾ ਹੁਸੈਨ ਕੱਪੜੇ 'ਚ ਕੁਛ ਹੈ ਲੈ ਕੇ ਆਏ ਨੇ, ਜਿਹਦਾ ਮਸਾਇਬ ਸੁਣਨ ਵਾਸਤੇ ਬੈਠੇ ਹੋ, ਕੱਪੜੇ ਵਿੱਚ ਕੁਛ ਚੀਜ਼ ਲੈ ਕੇ ਆਏ ਨੇ। ਤੇ ਜਦੋਂ ਮੇਰੇ ਮੌਲਾ ਨੇ ਕੱਪੜਾ ਆਂਦਾ, ਮੈਂ ਸਮਝਿਆ ਕਿ ਖੰਜਰ ਖੰਜਰ ਮੁਖਤਾਰ ਆਂਦਾ, ਉਹ ਅੱਲਾ ਤੇਰੇ ਦਾ ਲਾਨਤ ਕਰੇ ਇੱਕ ਬੱਚੇ 'ਚ ਤੇ ਖੰਜਰ ਤੇ ਜ਼ਮੀਨ ਅਸਮਾਨ ਦਾ ਫਰਕ। ਇੱਥੇ ਮੇਰਾ ਦਿਲ ਕਰਦਾ ਜ਼ਾਕਿਰ ਸਾਹਿਬ ਮੈਂ ਮਜਲਸ ਛੱਡ ਕੇ ਤੇ ਪਿੰਡਾਂ, ਆਖਣ ਲੱਗਾ ਮੈਂ ਤੈਨੂੰ ਕੀ ਦੱਸਾਂ, ਬੱਚੇ ਦੀ ਗਰਦਨ ਏਡੀ ਸੋਹਣੀ ਸੀ, ਲਾਈਟ ਸੂਰਜ ਆ ਜਾਂਦੀ ਸੀ ਤੇ ਮੈਂ ਸਮਝਿਆ ਕੋਈ ਖੰਜਰ ਹੈ। ਉਹ ਮੁਸਲਮਾਨੋ ਸੋਚੋ, ਜਿਹੜਾ ਦੁਸ਼ਮਣ ਦੀ ਨਜ਼ਰ 'ਚ ਏਡਾ ਸੋਹਣਾ ਸੀ, ਰਬਾਬ ਵਾਸਤੇ ਕੀ ਹੋ। ਸਦਕੇ ਜਾਵਾ ਤੁਹਾਨੂੰ ਮੌਲਾ ਹੋਰ ਕੋਈ ਗਮ ਨਾ ਦੇਵੇ ਸਵਾਏ ਆਲੇ ਮੁਹੰਮਦ ਦੇ ਗਮ ਤੋਂ। ਕੋਈ ਅੱਲਾ ਗਮ ਨਾ ਦੇ ਸਾਡੇ ਵਾਸਤੇ, ਇਹ ਵੀ ਗਮ ਬਥੇਰਾ। ਉਸ ਆਖਿਆ ਮੈਂ ਸਮਝਿਆ ਕੋਈ ਖੰਜਰ। ਮੈਨੂੰ ਉਹਨੇ ਕਿਹਾ ਸ਼ਿਮਰ ਲੈਣ ਆਖਿਆ ਜਾਂ ਉਮਰ ਸਾਦ ਆਖਿਆ, ਜਿਸ ਵੀ ਲੈਣ ਆਖਿਆ। ਉਹਦਾ ਤਰਜਮਾ ਮੈਂ ਕਰਨ ਲੱਗਾ, ਅਰਬੀ ਨਹੀਂ, ਮੈਂ ਪੰਜਾਬੀ ਬੰਦਾ, ਮੇਰਾ ਮਕਸਦ ਬੱਚੇ ਤੱਕ ਵੀ ਗੱਲ ਪਹੁੰਚ ਗਿਆ। ਉਹਨੇ ਅਰਬੀ 'ਚ ਗੱਲ ਕੀਤੀ ਤੇ ਮੈਂ ਪੰਜਾਬੀ ਕਰਨ ਲੱਗਾ ਤਾਂ ਕਿ ਤੁਹਾਡੇ ਆਂਸੂ ਦਾ ਇੰਤਜ਼ਾਮ ਕਰਾਂ ਤੇ ਜ਼ਹਰਾ ਰਾਜ਼ੀ ਹੋ। ਉਹਨੇ ਆਖਿਆ ਮੈਨੂੰ ਇੱਕ ਲੈਣ ਨੇ ਆਖਿਆ ਇਹ ਤੀਜਾ ਤੀਰ ਇੰਜ ਅਸਗਰ ਦੇ ਮਾਰਨਾ ਹੀ ਹੁਸੈਨ ਗੋਲੜ ਜੋਗਾ ਨਾ। ਸਦਕੇ ਜਾਵਾ ਤੁਹਾਨੂੰ ਮੌਲਾ ਸਲਾਮਤ ਰੱਖੇ। ਜਦੋਂ ਹੱਥਾਂ ਦੇ ਵਿੱਚ ਪੁੱਤਰ ਦਈਏ ਨਾ,
ਕੋਈ ਜ਼ਾਕਰ ਕੁਛ ਪੜ ਜਾਂਦਾ ਹੈ, ਕੋਈ ਕੁਛ ਪੜ ਜਾਂਦਾ ਹੈ, ਹਕੀਕਤ ਕੀ ਹੈ? ਮੈਂ ਕਹਿੰਦਾ ਕੁਰਾਨ ਹੱਥ ਰੱਖ ਦੱਸਾਂ, ਨਾ ਕਿਸੇ ਜ਼ਾਕਰ ਨੂੰ ਪਤਾ ਹੀ, ਨਾ ਕਿਸੇ ਖਤੀਬ ਨੂੰ ਪਤਾ ਹੀ, ਦਸ ਮੁਹਰਮ ਨੂੰ ਕੀ ਹੋਇਆ ਜਾਂ ਜ਼ਹਰਾ ਦੀਆਂ ਧੀਆਂ ਨੂੰ ਪਤਾ ਹੀ? ਆਇਆ ਸਦਕੇ ਜਾਵਾਂ ਤੁਹਾਨੂੰ ਮੌਲਾ ਸਲਾਮਤ ਰੱਖੇ, ਜਾਂ ਜ਼ਹਰਾ ਦੇ ਪੁੱਤਰਾਂ ਨੂੰ ਪਤਾ ਹੀ ਤੇ ਦਸ ਮੁਹਰਮ ਚੜ੍ਹੀ ਕਿਵੇਂ ਤੇ ਦਸ ਮੁਹਰਮ ਲੱਥੀ ਕਿਵੇਂ? ਸਾਨੂੰ ਸਾਰਿਆਂ ਨੂੰ ਜਿਵੇਂ ਮਾਲੂਮਾਤ ਹੁੰਦੀ ਹੈ ਅਸੀਂ ਉਂਝ ਪੜ੍ਹ ਛੱਡਦੇ ਹਾਂ, ਪਰ ਇੱਕ ਗੱਲ ਸੋਚ, ਤਿੰਨਾਂ ਲੋਕਾਂ ਵਾਲਾ ਤੀਰ ਤੇ ਭਾਵੇਂ ਇੱਕ ਵਾਲਾ ਅਲੀ ਅਸਗਰ ਸ਼ਹੀਦ ਹੋਇਆ ਕਿ ਨਹੀਂ, ਹੁਸੈਨ ਦਾ ਸਰ ਨੇਜ਼ੇ ਤੇ ਆਇਆ ਹੈ ਕਿ ਨਹੀਂ, ਆਲੇ ਮੁਹੰਮਦ ਲੁੱਟੇ ਗਏ ਨੇ ਕਿ ਨਹੀਂ, ਇਸ ਬਹਿਸ ਨੂੰ ਛੱਡ ਛੱਡੋ ਕਿਵੇਂ ਸ਼ਹੀਦ ਹੋਏ ਨੇ, ਹੋਏ ਨੇ ਕਿ ਨਹੀਂ, ਹੋਏ ਨੇ ਕਿਤੇ ਕਿ ਨਹੀਂ? ਮੁਸਲਮਾਨਾਂ ਨੇ ਪੀਰਾਂ ਦੇ ਬੰਦੇ ਪੁੱਤਰਾਂ ਦਾ ਵੀ ਹਯਾ ਕਰਦੇ ਨੇ, ਮੁਸਤਫਾ ਤੋਂ ਵੱਡਾ ਪੀਰ ਹੀ ਕੋਈ ਨਹੀਂ, ਤੇ ਬੀਬੀ ਜ਼ੈਨਬ ਹਰ ਚੌਕ ਜਾਂਦੀ ਸੀ ਲੋਕੋ ਮੈਂ ਤੁਹਾਡੇ ਮੁਹੰਮਦ ਦੀ ਧੀ, ਇੱਕ ਜੁਮਲਾ ਮੈਂ ਚਿਹਰਾ ਤਾਂ ਪੜ੍ਹ ਦਿੱਤਾ ਹੈ, ਬੀਬੀ ਰੋ ਰਵਾਉਂਦੀ ਸੀ ਮੈਂ ਤੁਹਾਡੇ ਨਬੀ ਦੀ ਧੀ ਹਾਂ, ਮੈਨੂੰ ਉਹ ਤੁਹਾਡੇ ਚਾਦਰ ਦੇ ਛੋ। ਤਿੰਨਾਂ ਲੋਕਾਂ ਵਾਲਾ ਤੀਰ ਸਮਾਰਿਆ ਹੈ, ਮੇਰੇ ਵੱਲ ਦੇਖਿਆ ਜੀ, ਇੱਕ ਨੋਕ ਕੰਨ 'ਚ ਲੱਗੀ ਹੈ, ਦੂਜੀ ਨੋਕ ਗਲੇ 'ਚ ਲੱਗੀ ਹੈ, ਤੀਸਰੀ ਅਲੀ ਅਸਗਰ ਦੇ ਸੀਨੇ 'ਚ ਗੁਜ਼ਰ ਕੇ ਤੇ ਸ਼ਬੀਰ ਦੇ ਬਾਜ਼ੂ 'ਚ ਲੱਗੀ ਤੇ ਸ਼ਹਿਜ਼ਾਦਾ ਤੜਫ ਕੇ ਆਂਦਾ ਬਾਬਾ ਮਾਫ ਕਰ, ਮੇਰੀ ਵਜ੍ਹਾ ਤੋਂ ਤੇਰਾ ਬਾਜ਼ੂ ਲੱਖ ਪਿਆ। ਸਦਕੇ ਜਾਵਾ, ਦੋ ਚਾਰ ਜੁਮਲੇ ਹੋਰ ਸੁਣ ਲਓ, ਤੁਹਾਨੂੰ ਮੌਲਾ ਸਲਾਮਤ ਰੱਖੇ, ਬਾਬਾ ਮੈਨੂੰ ਮਾਫ ਕਰ ਛੜੀ, ਮੇਰੀ ਵਜ੍ਹਾ ਤੋਂ ਤੇਰਾ ਬਾਜ਼ੂ ਜ਼ਖਮੀ ਹੋ ਗਿਆ। ਇੱਕ ਮੁਹੱਕਕ ਲਿਖਦਾ ਮੇਰੇ ਲੱਗ ਜ਼ਾਕਰ ਅਹਿਲੇ ਬੈਤ ਬੈਠੇ ਨੇ, ਤੁਸੀਂ ਸਾਰੇ ਬਾ ਇਲਮ ਸ਼ਖਸੀਅਤ ਬੈਠੇ ਨੇ, ਇੱਕ ਮੁਹੱਕਕ ਲਿਖਦਾ ਹੈ ਇਮਾਮ ਹੁਸੈਨ ਪਰ ਦਸ ਮੁਹਰਮ ਕੇ ਦਿਨ ਸਭ ਸੇ ਮੁਸ਼ਕਲ ਵਕਤ ਵੋ ਥਾ ਜਬ ਅਲੀ ਅਸਗਰ ਕੋ ਛੋੜਨਾ ਥਾ ਤੀਰ ਕੋ ਪਕੜ। ਮੈਂ ਸਮਝਾ ਨਹੀਂ ਸਕਿਆ, ਮੇਰੀ ਖਿਤਾਬਤ ਕਮਜ਼ੋਰ ਹੈ। ਉਹ ਯਾਰ ਜਿਸ ਅਲੀ ਅਕਬਰ ਨੂੰ ਚੁੱਕ ਕੇ ਆਉਂਦਾ ਤੇ ਆਖਿਆ ਅਲੀ ਅਕਬਰ ਮੈਨੂੰ ਨਜ਼ਰ ਆ ਮੇਰੀਆਂ ਨੂਰ ਅੱਖਾਂ ਦਾ ਮਗਰੂ, ਜਿੰਨੇ ਕਾਸਮ ਨੂੰ ਚੁਣ ਕੇ ਆਉਂਦਾ ਉਹ ਮੁਹੱਕਕਾਂ ਦਾ ਨਹੀਂ, ਇਹ ਕੰਮ ਸੌਖਾ ਸੀ। ਸਭ ਤੋਂ ਔਖਾ ਇਹ ਸੀ ਅਲੀ ਅਸਗਰ ਕੋ ਛੋੜਨਾ ਥਾ ਤੀਰ ਕੋ ਪਕੜਨਾ ਥਾ। ਇਹ ਮਿਸਾਲ ਠੀਕ ਹੈ ਕਿਉਂਕਿ ਅਲੀ ਅਸਗਰ ਸ਼ਹਾਦਤ ਨਾ ਪਾਉਂਦਾ ਕਦੇ ਨਹੀਂ ਸੀ ਬਚਾ। ਤੁਸੀਂ ਅਰਬ ਦੀ ਜਾ ਕੇ ਹਿਸਟਰੀ ਵੇਖੋ, ਅਰਬ ਵਿੱਚ ਸਭ ਤੋਂ ਜ਼ਿਆਦਾ ਜੂਲਾ ਅਲੀ ਅਸਗਰ ਬਰਾਮਦ ਹੁੰਦਾ, ਅਲੀ ਅਕਬਰ ਦਾ ਜਨਾਜ਼ਾ ਘੱਟ ਬਰਾਮਦ ਹੁੰਦਾ। ਤੁਸੀਂ ਉਹਨਾਂ ਨੂੰ ਪੁੱਛੋ ਕਹਿੰਦਾ ਵਜ੍ਹਾ ਕੀ ਹੈ, ਉਹ ਆਂਦੇ ਨੇ ਵਜ੍ਹਾ ਇੱਕ ਹੀ ਹੈ, ਅਗਰ ਰੁਬਾਬ ਕੀ ਜੋੜੀ ਕਰਬਲਾ ਮੈਂ ਖਿਦਮਤ ਪੇਸ਼ ਨਾ ਕਰਦੀ। ਸਦਕੇ ਜਾਵਾ, ਕੌਣ ਕੌਣ? ਉਹਨੇ ਆਖਿਆ ਕੈਦੀਆਂ ਵਿੱਚ ਸਕੀਨਾ, ਸ਼ਹੀਦਾਂ ਵਿੱਚ ਅਲੀ ਅਸਗਰ, ਅਗਰ ਇਹ ਦੋਵੇਂ ਨਾ ਹੁੰਦੇ ਤੇ ਇਸ ਜੰਗ ਦਾ ਨਕਸ਼ਾ ਤਬਦੀਲ ਹੋ ਜਾਂਦਾ, ਲੋਕਾਂ ਮੰਨਣਾ ਨਹੀਂ ਸੀ ਜ਼ੁਲਮ ਹੋ ਜਾਏ। ਜਦੋਂ ਅਲੀ ਅਸਗਰ ਨੂੰ ਲੋਕ ਬੰਦੇ ਸਨ, ਲੋਕ ਕਹਿੰਦੇ ਸਰ ਇਹਨੇ ਜੰਗ ਕੀਤੀ, ਤੇ ਜਦੋਂ ਜ਼ੈਨਬ ਦੇ ਗਲ ਚ ਸਕੀਨਾ ਨੂੰ ਬੰਦੇ ਸਨ, ਲੋਕ ਕਹਿੰਦੇ ਸਨ ਇਸ ਬੀਬੀ ਨੇ ਕਿਸੇ ਨੂੰ ਕੀ ਆਖੀ। ਖੁਦਾ ਦੀ ਕਸਮ, ਇੱਥੇ ਅਲੀ ਅਸਗਰ ਸੀ ਇੱਥੇ, ਉਹਨਾਂ ਕਹਿੰਦਾ ਸਭ ਸੇ ਆਖਰ ਕੋ ਜੋ ਮਿਲੇ, ਸਭ ਸੇ ਮੁਸ਼ਕਲ ਵਕਤ ਵੋ ਥਾ ਅਲੀ ਅਸਗਰ ਕੋ ਛੋੜਨਾ ਥਾ ਔਰ ਤੀਰ ਕੋ ਪਕੜਨਾ ਥਾ, ਸਾਰਾ ਗੋਸ਼ਤ ਤੀਰ ਖਾ ਗਿਆ। ਹਜੇ ਵੀ ਸ਼ੱਕ ਨਾ, ਘਰ ਜਾ ਕੇ 6 ਮਹੀਨੇ ਦਾ ਬੱਚਾ ਮੇਰੀ ਮਾਂ ਭੈਣ ਤੇ ਉਹ ਲੈ ਕੇ ਉਹਨੂੰ ਇੱਥੇ ਲਾ ਕੇ ਵੇਖੀ, ਉਹਦਾ ਕੰਨ ਕਿੱਥੇ, ਉਹਦਾ ਗਲਾ ਕਿੱਦਾਂ ਕੇ,
ਉਹਦਾ ਸੀਨਾ ਕਿੱਥੇ, ਫਿਰ ਤੈਨੂੰ ਪਤਾ ਲੱਗਿਆ ਕਿ ਕਰਬਲਾ ਚ ਕੀ ਹੋਇਆ ਤੇ ਕੀ ਬਣਿਆ। ਖੁਦਾ ਦੀ ਕਸਮ, ਸਾਰਾ ਗੋਸ਼ਤ ਪੀਰ ਖਾ ਗਿਆ, ਸਿਰਫ ਪਿਛਲਾ ਗੋਸ਼ਤ ਬਾਕੀ ਸੀ। ਮੇਰੇ ਮੌਲਾ ਨੇ ਤੀਰ ਨੂੰ ਹੱਥ ਪਾਉਣਾ ਸੀ ਤੇ ਸ਼ਹਿਜ਼ਾਦਾ ਪਾਕ ਨੂੰ ਛੱਡਣਾ ਸੀ। ਸ਼ਹਿਜ਼ਾਦਾ ਪਾਕ ਤੀਰ ਦੇ ਨਾਲ ਪਵਸਣ ਬਾਜ਼ੂ ਚ। ਮੇਰੇ ਵੱਲ ਵੇਖਿਆ ਜੇ ਮੇਰੇ ਮੌਲਾ ਨੇ ਸ਼ਹਿਜ਼ਾਦੇ ਨੂੰ ਛੱਡਿਆ ਤੀਰ ਨੂੰ ਹੱਥ ਪਾ ਕੇ, ਤੇ ਇੰਜ ਜਦੋਂ ਖਿੱਚਿਆ ਨਾ ਤੇ ਖੂਨ ਅਸਮਾਨ ਵੱਲ ਗਿਆ ਤੇ ਮੌਲਾ ਰੋ ਕੇ ਆਉਂਦੇ ਨੇ, ਹੁਣ ਰਾਜ ਦੇ ਸਦਕੇ ਜਾਵਾਂ ਤੇਰੀ ਤੌਹੀਦ ਬਚ ਜਾ। ਇਬਰਾਹੀਮ ਨੇ ਇਸਮਾਇਲ ਨੂੰ ਆਖਿਆ ਆ ਜਾ ਚੱਲੀਏ, ਗੁੰਬੇ ਵਾਲੇ ਹੋਰ ਨੇ ਪੁੰਦਰਾ ਵਾਲਾ। ਤੁਹਾਨੂੰ ਮੌਲਾ ਸਲਾਮਤ ਰੱਖਾ। ਮੇਰੇ ਮੌਲਾ ਨੇ ਅਲੀ ਅਸਗਰ ਨੂੰ ਹੱਥਾਂ ਚ ਲਿਆ। ਮੈਂ ਕਿਸੇ ਹੱਕ ਨਹੀਂ ਖਾਣਾ ਚਾਹੁੰਦਾ, ਅੱਗੇ 2-3 ਮਿੰਟ ਉੱਤੇ ਹੋ ਗਏ ਤੇ ਮੈਂ ਕੋਲਾਂ ਹੱਥ ਲੈ ਕੇ ਮਾਫੀ ਮੰਗਣਾ, ਹੱਥ 'ਚ ਲੈ ਕੇ ਨਾ ਪੁੱਤਰ ਨੂੰ, ਤੇ ਮੇਰੇ ਮੌਲਾ ਖੈਮੇ ਵੱਲ ਟੁਰ ਪਏ। 7 ਕਦਮ 10 ਮੁਹਰਮ, ਉਲਮਾ ਬੈਠੇ ਨੇ 7 ਕਦਮ ਅੱਗੇ ਜਾਣਾ, 7 ਕਦਮ ਪਿੱਛੇ ਜਾਣਾ, ਤੇ 10 ਮੁਹਰਮ ਦੇ ਅਮਾਲ 'ਚ ਸ਼ਾਮਿਲ ਹੈ। ਆਪਣੇ ਉਲਮਾ ਨੂੰ ਪੁੱਛੋ, ਦੱਸਣਗੇ ਇਹ ਮੇਰੇ ਮੌਲਾ ਸ਼ਬੀਰ ਦੀ ਸੁਨਤ। ਸੁਨਤ ਕਿਵੇਂ ਬਣੀ? ਇੱਥੇ ਪੁੱਤਰ ਨੂੰ ਲਿਆ, ਮੇਰੇ ਮੌਲਾ ਸ਼ਬੀਰ ਸਾਬਰਾ ਦਾ ਸੁਲਤਾਨ ਖੈਮੇ ਦੇ ਕਰੀਬ ਆਏ ਤੇ ਪਿੱਛੇ ਆ ਗਏ। 7 ਕਦਮ ਪਿੱਛੇ ਆਏ, 7 ਕਦਮ ਅੱਗੇ ਗਏ। ਅੰਦਰ ਬੀਬੀ ਰੁਬਾਬ ਪਰੇਸ਼ਾਨ ਸਨ, ਆਂਦੇ ਨੇ ਫਿਜ਼ਾ ਜ਼ਰਾ ਵੇਖ ਮੇਰਾ ਪੁੱਤਰ ਸ਼ਹੀਦ ਹੋ ਰਿਹਾ ਕਿ। ਬੰਦੇ ਆਂਦੇ ਨੇ ਸਾਰੀਆਂ ਮਾਵਾਂ ਇੱਕੋ ਜਿਹੀਆਂ ਹੁੰਦੀਆਂ, ਜਿਹੜੀਆਂ ਮਾਵਾਂ ਬਚਾਉਣ ਉਹ ਹੋਰ ਨੇ, ਜਿਹੜੀਆਂ ਆਪ ਪੁੱਤਰਾਂ ਨੂੰ ਤਿਆਰ ਕਰਕੇ ਕੱਲਣ ਖੁਦਾ ਦੀ ਕਸਮ ਮਾਵਾਂ ਹੋਰ ਨੇ। ਫਿਜ਼ਾ ਜ਼ਰਾ ਵੇਖ ਨਾ ਜ਼ਹਰਾ ਦੇ ਸਾਹਮਣੇ ਸੁਰਖਰੂ ਹੋਈਆਂ ਕਿ ਨਹੀਂ। ਅੰਮਾ ਫਿਜ਼ਾ ਜਦੋਂ ਪਰਦਾ ਪਰਾਂ ਕੀਤਾ ਨਾ ਤੇ ਆਖਿਆ ਬੀਬੀ ਮੌਲਾ ਕਰੀਬ ਆਉਂਦੇ ਨੇ ਤੇ ਪਛਾਣ ਟੁੱਟ ਜਾਂਦੇ ਨੇ, ਕਰੀਬ ਆਉਂਦੇ ਨੇ ਤੇ ਪਛਾਣ ਟੁੱਟ ਜਾਂਦੇ ਨੇ। ਇੱਥੇ ਹਰ ਬੰਦੇ ਦੀ ਹਾਇ ਨਿਕਲ ਜਾਣੀ ਚਾਹੀਦੀ ਆ। ਫਰਮਾਇਆ ਜਦੋਂ ਹੁਣ ਆਏ ਤਾਂ ਮੈਨੂੰ ਦੱਸੀ ਮੌਲਾ ਕਰੀਬ ਆਏ, ਤੇ ਅੰਮਾ ਫਿਜ਼ਾ ਆਖਿਆ ਬੀਬੀ ਪਾਕ ਮੌਲਾ ਆਏ ਨੇ। ਬੀਬੀ ਪਰਦਾ ਪਰਾਂ ਕਰਕੇ ਆਖਣ ਲੱਗੇ ਅੰਦਰ ਆ ਜਾਓ, ਮੈਂ ਹਾਜ਼ਰਾ ਨਹੀਂ। ਗੱਲ ਸੁਣੋ, ਤੇ ਸ਼ਰੀਫ ਫਰਮਾਏ ਸਿਰ ਦੇ ਗਰਮ ਕੱਪੜਾ ਥੱਲੇ ਰੱਖ ਲਓ। ਮੇਰੇ ਮੌਲਾ ਜਦੋਂ ਅੰਦਰ ਆਏ ਨਾ ਖੈਮੇ, ਸੁਣਿਆ ਐਂਡ ਕੱਪੜਾ ਸਿਰ ਤੇ, ਮੌਲਾ ਫਰਮਾਉਂਦੇ ਨੇ ਰੁਬਾਬ ਤੇਰਾ ਅਸਗਰ ਸ਼ਹੀਦ ਹੋ ਗਿਆ, ਤੇਰਾ ਅਲੀ ਅਸਗਰ ਸ਼ਹੀਦ ਹੋ ਗਿਆ, ਦੇਖਣਾ ਹੀ ਕਿ ਦਫਨਾ। ਬੀਬੀ ਫਰਮਾਉਣ ਲੱਗੀ ਮੈਨੂੰ ਵਿਖਾਓ ਮੈਂ ਕਿਵੇਂ ਸੁਰਖਰੂ ਹੋਈ, ਮੈਂ ਕਿਵੇਂ ਸੁਰਖਰੂ ਹੋਈ ਆ। ਇਹ ਜੁਮਲਾ ਮੇਰੀਆਂ ਮਾਵਾਂ ਤੇ ਭੈਣਾਂ ਵਾਸਤੇ ਆ, ਯਕੀਨਨ ਹਰ ਮੋਮਨ ਦੀ ਹਾਇ ਨਿਕਲ ਜਾਏਗੀ ਜਦੋਂ ਮੇਰੇ ਮੌਲਾ ਸ਼ਬੀਰ ਨੇ ਥੋੜਾ ਜਿਹਾ ਕੱਪੜਾ ਚਿਹਰਾ ਅਕਦਸ ਤੋਂ ਹਟਾਇਆ ਨਾ ਤੇ ਅਲੀ ਅਸਗਰ ਦੀ ਥੋੜੀ ਜਿਹੀ ਜ਼ਬਾਨ ਬਾਹਰ ਸੀ। ਹਾਂ ਸਦਕੇ ਜਾਵਾਂ ਤੇਰੇ ਮੌਲਾ ਸਲਾਮਤ ਰੱਖ, ਥੋੜੀ ਜਿਹੀ ਜ਼ਬਾਨ ਬਾਹਰ ਸੀ। ਰੁਬਾਬ ਨਾਲੋਂ ਪਹਿਲੋਂ ਹੁਸੈਨ ਰੋਪ, ਜਦੋਂ ਸ਼ਬੀਰ ਹੋਏ ਨੇ ਨਾ ਤੇ ਬੀਬੀ ਰੁਬਾਬ ਉੱਚੀ ਹੋਈ ਤੇ ਮੌਲਾ ਆਖਣ ਲੱਗੇ ਰੋਲਾ ਰੋਲਾ, ਤੇਰਾ ਅਲੀ ਅਸਗਰ ਸ਼ਹੀਦ ਹੋ ਗਿਆ ਰੋਲਾ। ਬੀਬੀ ਆਖਣ ਲੱਗੀ ਨਹੀਂ, ਤੈਨੂੰ ਤੇ ਇਹਨੂੰ ਮੈਂ ਸਾਰੀ ਜ਼ਿੰਦਗੀ ਧੁੱਪੇ ਬਹਿ ਕੇ ਰੋਣਾ ਹੈ। ਫਰਮਾਇਆ ਹੁਣ ਕਿਉਂ ਰੋਈ ਹੈ? ਆਖਣ ਲੱਗੀ ਮੈਂ ਤੇ ਤਾਂ ਰੋਈ ਹਾਂ ਮੇਰੇ ਪੁੱਤਰ ਦੀ ਵਜ੍ਹਾ ਤੋਂ, ਸਹਰਾ ਦਾ ਪੁੱਤਰ ਪਿਆ ਰੋਂਦਾ। ਸਦਕੇ ਜਾਵਾਂ ਮੇਰੇ ਪੁੱਤਰ ਦੀ ਵਜ੍ਹਾ ਤੋਂ, ਹੈਦਰ ਜਰਾਨ ਦਾ ਪੁੱਤਰ ਪਿਆ ਰੋਂਦਾ। ਮੈਂ ਤੇ ਇਸ ਵਾਸਤੇ ਰੋਈ ਹਾਂ, ਮੈਂ ਅਲੀ ਅਸਗਰ ਨੂੰ ਧੁੱਪੇ ਬਹਿ ਕੇ ਰੋਣਾ ਹੈ, ਮੈਂ ਤੈਨੂੰ ਸਾਰੀ ਜ਼ਿੰਦਗੀ ਧੁੱਪੇ ਬਹਿ ਕੇ ਰੋਣਾ ਹੈ। ਮੇਰੇ ਮੌਲਾ ਆਖਣ ਲੱਗੇ, ਆਖਰੀ ਜੁਮਲਾ ਸੁਣ ਲਓ, ਮੇਰੇ ਮੌਲਾ ਆਖਣ ਲੱਗੇ ਰੁਬਾਬ ਦੱਸਾਂ ਕਿਉਂ ਰੋਈ, ਦੱਸਾਂ ਮੈਂ ਕਿਉਂ ਰੋਈ। ਫਰਮਾਇਆ ਅਸਗਰ ਦੇ ਬਾਬਾ ਦੱਸੋ ਕਿਉਂ ਰੋਈ। ਫਰਮਾਉਣ ਲੱਗੇ ਮੈਂ ਤੈਨੂੰ ਕੀ ਦੱਸਾਂ, ਮੈਂ ਅਕਬਰ ਨੂੰ ਆਉਂਦਾ ਹੈ ਮੈਂ ਨਹੀਂ ਰੋਇਆ, ਮੈਂ ਕਾਸਮ ਦੀ ਕਠੜੀ ਚੁਣ ਕੇ ਆਉਂਦੀ ਆ ਮੈਂ ਨਹੀਂ ਰੋਇਆ, ਮੈਂ ਮੁੱਕ ਗਿਆ। ਦੱਸੋ ਰੋਏ ਕਿਉਂ,
ਸਾਬਰਾ ਦਾ ਸੁਲਤਾਨ ਕਿਉਂ ਰੋਇਆ? ਇੱਥੇ ਵੀ ਹਾਏ ਨਾ ਨਿਕਲੀ ਤੇ ਕਦੀ ਵੀ ਹਾਏ ਨਾ ਨਿਕਲੀ। ਮੌਲਾ ਰੋ ਕੇ ਆਉਂਦੇ ਨੇ ਰਬਾਬ, ਤੈਨੂੰ ਮੈਂ ਕੀ ਦੱਸਾਂ, ਮੈਨੂੰ ਇੱਕ ਗੱਲ ਖਾ ਗਈ ਇਸ ਲਈ ਨੇ ਇਹਨੂੰ ਤੀਰ ਉਦੋਂ ਮਾਰਿਆ ਜਦੋਂ ਇਹਦਾ ਮੈਂ ਮੂੰਹ ਚੁੰਮਣ ਲੱਗਾ। ਮੈਨੂੰ ਤਾਂ ਮੁਹੰਮਦ ਦੀ ਉਮਰ ਦੇ ਪੁੱਤਰ ਦਾ ਮੂੰਹ ਵੀ ਚੁੰਮਣ ਨਹੀਂ ਦਿੱਤਾ। ਖੁਦਾ ਦੀ ਕਸਮ, ਤੂੰ ਜੀਆਂ ਨੇ ਅਲੀ ਇਸ ਦਾ ਦਫ਼ਨ ਕੀਤਾ,